पखे बंद कर दे जिहदे नाल आवाज थोड़ी जी साफ हो जाए। ਤੁਹਾਡਾ ਸਾਰੇ ਪੱਤਰਕਾਰ ਸਾਹਿਬਾਨ ਦਾ ਸਵਾਗਤ ਹੈ ਜੀ ਆਇਆਂ ਨੂੰ। ਅੱਜ ਕੈਬਨਿਟ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਵਿੱਚ ਰੱਖੀ ਗਈ ਹੈ। ਹੁਣੇ ਅਸੀਂ ਕੈਬਨਿਟ ਸਮਾਪਤ ਕੀਤੀ ਹੈ, ਇਸ ਲਈ ਤੁਹਾਡੇ ਰੂਬਰੂ ਹੋਇਆ। ਪੰਜਾਬ ਦੇ ਲਈ ਬੜਾ ਉਤਸ਼ਾਹ ਹੈ ਇਨਵੈਸਟਮੈਂਟ ਇਨਵੈਸਟਰਾਂ ਦਾ, ਉਹਦੇ ਲਈ ਇਨਵੈਸਟਮੈਂਟ ਸਬਮਿਟ ਵੀ ਅੱਜ ਲੁਧਿਆਣੇ ਦੇ ਵਿੱਚ ਹੈ। ਕੱਲ ਵੱਡੇ ਇੰਡਸਟਰੀਲਿਸਟਾਂ ਨਾਲ ਮੋਹਾਲੀ ਦੇ ਵਿੱਚ ਹੋਈ ਸੀ। ਮੈਂ ਪਹਿਲਾਂ ਕੈਬਨਿਟ ਦੀ ਮੀਟਿੰਗ ਬਾਰੇ ਗੱਲ ਕਰਾਂਗਾ ਕਿ ਅੱਜ ਪੰਜਾਬ ਸਰਕਾਰ, ਪੰਜਾਬ ਦੀ ਕੈਬਨਿਟ ਨੇ ਪਾਸ ਕੀਤਾ ਹੈ ਕਿ ਅਸੀਂ 8 ਤਰੀਕ ਨੂੰ, ਆਉਣ ਵਾਲੀ 8 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾ ਰਹੇ ਹਾਂ। ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ, ਉਹਦਾ ਮੇਨ ਮਕਸਦ ਹੈ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮਿਲ ਕੇ ਹਮੇਸ਼ਾ ਮੰਗ ਕਰਦੀ ਆ ਰਹੀ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ, ਲੇਕਿਨ ਅਜੇ ਤੱਕ ਨਾ ਕੋਈ ਸਮਝੌਤੇ ਵੱਲੋਂ ਗੱਲ ਤੋਰੀ ਗਈ ਹੈ, ਸਮਝੌਤਾ ਕੀਤਾ ਗਿਆ ਅਤੇ ਨਾ ਹੀ ਇਹ ਰੱਦ ਕੀਤੇ ਗਏ ਹੈ। ਸੋ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ, ਇਹਨਾਂ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਅਸੀਂ 8 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਨੂੰ ਰੱਦ ਕਰਾਂਗੇ। 8 ਤਰੀਕ ਤੱਕ ਸਾਡੀ ਮੰਗ ਹੈ ਕਿ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਦੂਸਰਾ, BSF ਦੀ ਜਿਹੜੀ ਰੇਂਜ ਹੈ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ। ਸਾਡੇ ਪੰਜਾਬ ਸਰਕਾਰ ਦਾ ਇਹ ਹੱਕ ਹੈ, ਕੰਸਟੀਟਿਊਸ਼ਨਲ ਰਾਈਟ ਹੈ ਕਿ ਪੰਜਾਬ ਦਾ ਲੋਅ ਐਂਡ ਆਰਡਰ ਮੌਜੂਦਾ ਪੰਜਾਬ ਸਰਕਾਰ ਦੇਖੇ। ਇਹ ਜਿਹੜਾ ਸਾਡਾ ਹੱਕ ਹੈ ਇਹਨੂੰ ਅਨਸੈਸਰੀਲੀ ਵਿਦਆਊਟ ਕੰਸਲਟੇਸ਼ਨ ਵਿਦ ਦਾ ਪੰਜਾਬ ਗੌਰਮੈਂਟ, ਇਸ ਨੂੰ BSF ਦਾ ਦਾਇਰਾ 15 ਤੋਂ 50 ਕਰ ਦਿੱਤਾ ਗਿਆ, ਜਿਹੜਾ ਕਿ ਅਸੀਂ ਸਮਝਦੇ ਹਾਂ ਸਾਡੇ ਪੰਜਾਬ ਦੇ ਹੱਕਾਂ 'ਤੇ ਡਾਕਾ ਹੈ ਔਰ ਅਨਕੰਸਟੀਟਿਊਸ਼ਨਲ ਹੈ, ਵਿਧਾਨ ਔਰ ਕਾਨੂੰਨ ਦੇ ਉਲਟ ਹੈ, ਸੈਂਟਰ ਸਟੇਟ ਰਿਲੇਸ਼ਨਾਂ ਦੇ ਵਿੱਚ ਵਿਘਨ ਪਾਉਂਦਾ ਹੈ, ਫੈਡਰਲ ਸਿਸਟਮ ਜੋ ਸਾਡਾ ਹੈ ਉਸ ਦੀ ਭਾਵਨਾ ਦੇ, ਕੰਸਟੀਟਿਊਸ਼ਨ ਦੀ ਭਾਵਨਾ ਦੇ ਉਲਟ ਹੈ। ਇਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਦੀ ਇੱਕ ਜੁਆਇੰਟ ਮੀਟਿੰਗ ਬੁਲਾਈ ਸੀ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਹ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ। ਇਸ ਤੋਂ ਕੇਂਦਰ ਦੇ ਜਿਹੜੇ ਮਨਸੂਬੇ ਹੈ ਉਹ ਸਾਨੂੰ ਚੰਗੇ ਨਹੀਂ ਜਾਪ ਰਹੇ, ਇਸ ਲਈ ਇਹਦੇ ਬਾਰੇ ਵੀ ਇੱਕ ਸਪੈਸ਼ਲ ਸੈਸ਼ਨ ਅਸੀਂ ਵਿਧਾਨ ਸਭਾ ਦਾ 8 ਤਰੀਕ ਨੂੰ ਬੁਲਾਇਆ ਔਰ ਅਸੀਂ ਮੰਗ ਵੀ ਕਰਦੇ ਹਾਂ ਕਿ 8 ਤਰੀਕ ਤੋਂ ਪਹਿਲਾਂ ਇਹ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਇਸ ਨੂੰ ਵਾਪਸ ਲੈ ਲਿਆ ਜਾਵੇ, ਅਦਰਵਾਈਜ਼ ਸਾਡੀ ਮਜਬੂਰੀ ਹੋਏਗੀ ਕਿ ਅਸੀਂ ਇਹਨੂੰ ਰੱਦ ਕਰਾਂਗੇ, ਉਹਦੇ ਨਾਲ ਕੰਸਟੀਟਿਊਸ਼ਨਲ ਕ੍ਰਾਈਸਿਸ ਆਉਣਗੇ, ਸੈਂਟਰ ਸਟੇਟ ਦੇ ਰਿਲੇਸ਼ਨ ਖਰਾਬ ਹੋਣਗੇ। ਇਸ ਤਰ੍ਹਾਂ ਦੀ ਗਤੀਵਿਧੀਆਂ 'ਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾ ਪਾਵੇ। ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ 8 ਤਰੀਕ ਤੱਕ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਵੇ, ਇਹਦਾ ਹੱਲ ਕੱਢਿਆ ਜਾਵੇ, ਕਿਸੇ ਤਰ੍ਹਾਂ ਵੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਪੋਲੀਟੀਕਲ ਪਾਰਟੀਜ਼ ਨੂੰ, ਪੰਜਾਬ ਸਰਕਾਰ ਨੂੰ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ, ਦਾਇਰਾ ਵਧਾਇਆ ਗਿਆ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਇਸ ਨੂੰ ਆਪਣੇ ਹੱਕਾਂ 'ਤੇ ਡਾਕਾ ਸਮਝਦੇ ਹਾਂ ਔਰ ਇੱਕ ਕਿਸਮ ਦਾ ਗਵਰਨਰੀ ਰਾਜ ਜਾਂ ਪ੍ਰੈਜੀਡੈਂਟ ਦਾ ਰੂਲ, ਇਹ ਡਾਇਰੈਕਟ ਇੰਟਰਫੀਰੈਂਸ ਹੈ ਕੇਂਦਰ ਸਰਕਾਰ ਦੀ, ਜਿਹੜੀ ਕਿ ਅਸੀਂ ਹਰ ਤਰੀਕੇ ਦੇ ਨਾਲ ਰੱਦ ਕਰਦੇ ਹਾਂ ਅਤੇ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਚਾਰਨ ਵਾਸਤੇ ਅਸੀਂ ਸੈਸ਼ਨ ਸਪੈਸ਼ਲ ਤੌਰ 'ਤੇ ਬੁਲਾ ਲਿਆ। ਅਗਲੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ
कि इंडस्ट्री ते व्यापारी इन्हां नूं जिहड़ियां राहतां दी जरूरत है तां कि साडा व्यापार पंजाब दे विच वधे फुले, साडी इंडस्ट्री पंजाब दे विच वधे फुले, उहदे बारे साडियां लगातार कई मीटिंगां इंडस्ट्री ते व्यापारियों के नाल होईआं। उस संबंध दे विच अज ऐसी कुछ राहतां मैं तुहानूं दसण जा रहा जिहड़ियां पंजाब सरकार इंडस्ट्री ते व्यापारियों नूं दे रही। सब तो जरूरी है कि दुकानदार जिहड़ा बाजार दे विच बैठा है उहनां नूं एक चंगा माहौल सरकार वल्लों मिले। इसलिए ऐसी इंस्पैक्टरी राज है जिहड़ा ये खत्म करना है पंजाब च। ऐसी एक चंगा माहौल दुकानदार नूं देना है। पुलिस किसी तरह उन्हां दे काम च इंटरफेयर ना करे, टैक्सेशन वाले अननेसेसरी तंग ना करे, दुकानदारां नूं व्यापारियों नूं किसी तरह भी सरकार का कोई अननेसेसरी दबाव ना होवे, ये असी इंश्योर करना है। उहदे वास्ते असी हदायतां जारी कर दित्तियां। जिवें हुण दिवाली आई है, दिवाली विच पुलिस वाले क्या करदे है, पहला सारे दे पटाके चका देंगे, शाम नूं लुआ देंगे। ये सिस्टम नहीं है। कोई दुकानदार अपने बाहर पटाके बेचना चाहता उन्हें बेचण दो, पोल्यूशन दे जिहड़े तुसीं नॉर्म नूं सैट कर दो। कोई खेल खिल्ला बेचना चाहता उन्हें बेचण दो। मैनूं पता है, मैं अपनी जिंदगी च देखिया है किस तरीके दे नाल जरूरत हुंदी है एक दुकानदार नूं दिवाली दे उपर। दिवाली का मौका हुंदा चार पैसे कमाउण दा दुकानदार नूं, उहदे विच असीं जे तंग करांगे तां किस तरह चलेगा। तुसी मैं तुहानूं अपनी दसदा, जब मैं पढ़दा सी मेरे पिता जी दी टेंटां दी दुकान सी। मैं आप अपनी दुकान दे अगे मेरे फादर है जिहड़े ओह कहिंदे सी चंगा काम करन दे विच शर्म नहीं होनी चाहीदी। मैं आप अपने दुकान दे मूहरे मंजा ला के पटाके बेचे, मेरा साल दा खर्चा पढ़ाई दा निकल गया। मैं आप अपनी दुकान दे मूहरे खेल खिल्लां बेचियां, उहदे नाल दुकानदार नूं इनकम हुंदी। सो अज दुकानदार जे असी सरकार विच आ तां दुकानदार तंग नहीं होना चाहीदा। मैं भी दुकानदार हाँ, इसलिए असी इंस्पैक्टरी राज, पुलिस दी इंटरफेरेंस, दुकानदार बाजारां दे विच व्यापारियां दे कम्मां दे विच फैक्ट्रियां दे विच बिल्कुल बंद करनी। कोई अननेसेसरीली किसी तरह की दिक्कत नहीं आएगी दुकानदारां नूं, ये असी इंश्योर करते हैं। चंगे शहर चंगे बाजार असी करना चाहते हैं। उहदे वास्ते कुछ ऐलान असी अज करन जा रहे हैं। एक तो इंस्टीट्यूशनल टैक्स लग्या होया 2011 तो, ये असी अज खत्म करन जा रहे हैं। अज असी कैबिनेट दे विच फैसला कर लिया कि इसनूं खत्म कर दिता जाएगा। एक FM साहब मेरे तो बाद इन्हां सारे दसणगे, एक जिहड़े वैट दे झगड़े हैं 16-17 दे 14-15 दे 15-16 दे बड़े पेंडिंग पे है। 48,000 बंदा व्यापारी नूं हर महीने बुला लेंदे है, अननेसेसरी उत्ते चक्कर ला रहे हैं, ते वो सारे ऐसी उदे जो 40,000 है जिहड़े उन्हां नूं इस तरह ही छड्ड रहे कि असी ये झगड़े ही खत्म कर देने, असी इस ते तुहानूं अगे नूं बुलाएगा नहीं मेरा टैक्सेशन इंस्पैक्टर। सारे व्यापारी उस चो असी कढ रहे, सिर्फ 8,000 व्यापारी है जिन्हां कनी 1,00,000 रुपए तो ज़्यादा बकाए है, जिन्हां दा टैक्स पै के ज़्यादा हो गए हैं, उन्हां नूं भी असी कह रहे हैं 1-10 सैटलमेंट कर लो। 30% पैसा वो जिन्ना वह बनता वह जमा करा दें, वह भी 2 किस्तों च, 20% 30% का 20% तो सानू वह इस साल च दे देन, फाइनैंशियल ईयर 80% अगले च दे देन। सो एक बड़ी राहत जिहड़ी असी
ਇਹ ਬੈਟ ਦੇ ਜਿਹੜੇ ਪੁਰਾਣੇ ਕੇਸ ਚਲੇ ਆ ਰਹੇ ਬੜੀਆਂ ਲੰਬੇ ਸਮੇਂ ਤੋਂ ਉਹਨਾਂ ਨੂੰ ਅਸੀਂ ਖਤਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਲੈ ਕੇ ਆਵਾਂਗੇ ਵਨ ਟਾਈਮ ਸੈਟਲਮੈਂਟ, ਜਿਹੜੇ ਛੋਟੀਆਂ ਫੈਕਟਰੀਆਂ ਜਾਂ ਮੀਡੀਅਮ ਸਕੇਲ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜੀ ਸਾਡੀ PSIDC, PFC, PAIC ਇਹਦੇ ਵਿੱਚ ਜਿਹੜੇ ਉਹਨਾਂ ਦੇ ਬਕਾਏ ਖੜ੍ਹੇ ਹੈ ਜਾਂ ਕੇਸ ਰੁਕੇ ਹੋਏ ਹੈ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਲੈ ਕੇ ਆਵਾਂਗੇ। ਇੱਕ ਅਸੀਂ ਜਿਹੜੇ ਪਲੋਟ ਹੋਲਡਰ ਹੈ ਉਹਨਾਂ ਵਾਸਤੇ ਇੱਕ ਸੈਟਲਮੈਂਟ ਸਕੀਮ ਲੈ ਕੇ ਆ ਰਹੇ ਹਾਂ। ਇੱਕ ਵੱਡਾ ਜਿਹੜਾ ਮਸਲਾ ਹੈ ਕਿ ਜਿਹੜੀ ਮੀਡੀਅਮ ਸਕੇਲ ਇੰਡਸਟਰੀ ਹੈ ਉਹਨਾਂ ਨੂੰ ਬਿਜਲੀ ਦੇ ਅਸੀਂ 5 ਰੁਪਈਏ ਕਿਹਾ ਸੀ ਲੇਕਿਨ ਫਿਕਸ ਚਾਰਜ ਲੱਗਦੇ ਹੈ, ਉਹਦੇ ਨਾਲ ਉਹਨਾਂ ਦਾ ਬਿੱਲ ਬੜਾ ਵੱਧ ਜਾਂਦਾ ਹੈ। ਉਹਨਾਂ ਦੀ ਬੜੀ ਡਿਮਾਂਡ ਹੈ ਕਿ ਛੋਟੀ ਇੰਡਸਟਰੀ ਆ ਜਿਹੜੀ ਵੱਡੀ ਇੰਡਸਟਰੀ ਉਹਦੇ ਵਿੱਚ ਛੱਡ ਕੇ ਜਿਹੜੀ ਮੀਡੀਅਮ ਹੈ ਜਿਹੜੇ ਕਿ ਜ਼ਿਆਦਾ ਹੈ ਉਹਨਾਂ ਨੂੰ ਦਿੱਕਤ ਆ ਰਹੀ, ਫਿਕਸ ਚਾਰਜ ਬਹੁਤ ਪੈ ਰਹੇ ਹੈ ਬਿਜਲੀ ਦੇ। ਉਹ ਅਸੀਂ ਅੱਜ 50% ਕਰ ਰਹੇ ਹਾਂ, ਉਹਨਾਂ ਨੂੰ ਰਿਆਇਤ ਦੇ ਰਹੇ ਹਾਂ 50% ਫਿਕਸ ਚਾਰਜ ਦੀ, ਜਿਹਦੇ ਨਾਲ ਉਹਨਾਂ ਨੂੰ ਵੱਡਾ ਫਾਇਦਾ ਹੋਏਗਾ। ਇੱਕ ਜਿਹੜੀਆਂ ਸਾਡੇ ਫੋਕਲ ਪੁਆਇੰਟ ਹੈ ਉਹਨਾਂ 'ਚ 147 ਕਰੋੜ ਰੁਪਈਆ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਲੱਗਣਾ, ਉਹ ਅੱਜ ਪੰਜਾਬ ਸਰਕਾਰ ਰਿਲੀਜ਼ ਕਰ ਰਹੀ ਹੈ, ਉੱਥੇ ਟੋਟਲ ਡਿਵੈਲਪਮੈਂਟ ਅਸੀਂ ਕਰਾ ਦੇਣੀ ਹੈ। ਇਸ ਤੋਂ ਇਲਾਵਾ CLU ਜਿੱਥੇ ਫੋਕਲ ਪੁਆਇੰਟ ਹੈ ਇੰਡਸਟਰੀਅਲ ਸਟੇਟ ਹੈ, CLU ਦੀ ਕੋਈ ਲੋੜ ਨਹੀਂ। ਉਸ ਤੋਂ ਬਾਹਰ ਵੀ ਇੰਡਸਟਰੀ ਕਿਸੇ ਨੇ ਲਾਉਣੀ ਹੈ ਅਸੀਂ ਉਹ CLU ਦੀ ਜਿਹੜਾ ਸਿਸਟਮ ਹੈ ਉਹਦੇ 'ਚ ਇੱਕ ਸਕੀਮ ਲਿਆ ਕੇ ਉਹਨੂੰ ਠੀਕ ਕਰ ਰਹੇ ਹਾਂ। ਇੰਡਸਟਰੀ ਜੇ ਕਿਸੇ ਨੇ ਲਗਾਉਣੀ ਹੈ ਤਾਂ ਕਾਨੂੰਨ ਇਹ ਹੈ ਕਿ ਜੀ 6 ਕਰਮ ਦਾ ਰਸਤਾ ਸਿਰੇ ਤੋਂ ਚੱਲਦਾ ਆ ਰਿਹਾ ਹੋਵੇ, ਉਹ ਸਿਰੇ 'ਤੇ ਚੱਲਦਾ ਆ ਨਹੀਂ ਰਿਹਾ ਹੁੰਦਾ। ਪਿੰਡ 'ਚ ਕਿਤੇ ਨੇ ਅੱਗੇ ਜਾ ਕੇ ਇੰਡਸਟਰੀ ਲਗਾਉਣੀ ਹੈ, 6 ਕਰਮ ਦਾ ਰਸਤਾ ਕਿੱਥੇ ਦੇ ਬਣਾਵੇ? ਸੋ ਅਸੀਂ ਇਹ ਫੈਸਲਾ ਕੀਤਾ ਹੈ ਕਿ 4 ਕਰਮ ਦਾ ਹੋਵੇ, ਕਿਉਂਕਿ 4 ਕਰਮ ਦੇ ਰਸਤੇ ਬਹੁਤ ਹੈ, 24 ਫੁੱਟ ਦੇ, 22 ਫੁੱਟ ਦੇ, ਅਤੇ ਜੇ ਜਿੱਥੇ ਉਹਨੇ ਇੰਡਸਟਰੀ ਲਗਾਉਣੀ ਉਹ ਉੱਥੇ ਆਪਣੇ ਅੱਗੇ 50 ਫੁੱਟ ਦਾ ਛੱਡ ਦੇਗਾ, ਜਿਵੇਂ ਜਿਵੇਂ ਇੰਡਸਟਰੀ ਲੱਗਦੀ ਜਾਏਗੀ ਉਸ ਤਰ੍ਹਾਂ 50 ਫੁੱਟ ਛੱਡ ਕਰੇਗਾ। ਇੱਕ ਅਸੀਂ ਅੱਜ ਅਨਾਊਂਸ ਕਰ ਰਹੇ ਹਾਂ ਕਿ ਐਗਜੀਬਿਸ਼ਨ ਸੈਂਟਰ ਇੱਕ ਅੰਮ੍ਰਿਤਸਰ ਦੇ ਵਿੱਚ ਬਣੇਗਾ, ਜਿਹਦੀ ਕਿ ਬੜੀ ਜ਼ਰੂਰਤ ਹੈ, ਆਰ ਇੰਡਸਟਰੀ ਦੀ ਬਹੁਤ ਬੜੀ ਡਿਮਾਂਡ ਹੈ। ਇੱਕ ਚੰਡੀਗੜ੍ਹ ਦੇ ਨੇੜੇ ਅਸੀਂ ਫਿਲਮ ਸਿਟੀ ਬਣਾਉਣ ਜਾ ਰਹੇ ਹਾਂ, ਉਹਦੀ ਵੀ ਅੱਜ ਮੈਂ ਤੁਹਾਡੇ ਇੱਥੇ ਅਨਾਊਂਸਮੈਂਟ ਕਰ ਰਿਹਾ ਕਿ ਅਸੀਂ ਬੜੀ ਛੇਤੀ ਇੱਕ ਫਿਲਮ ਸਿਟੀ ਚੰਡੀਗੜ੍ਹ ਦੇ ਨੇੜੇ ਲੈ ਕੇ ਆ ਰਹੇ ਹਾਂ। ਇੱਕ ਬਹੁਤ ਬੜੀ ਡਿਮਾਂਡ ਹੈ ਕਿ ਪੱਟੀ ਮੱਖੂ ਰੇਲ ਲਿੰਕ ਹੈ ਜਿਹੜੀ ਉਹਨੂੰ ਅੱਗੇ ਵਧਾਇਆ ਜਾਵੇ, ਸੋ ਅਸੀਂ ਅੱਜ ਐਲਾਨ ਕਰ ਰਹੇ ਹਾਂ ਕਿ ਅਸੀਂ ਇਸ ਰੇਲਵੇ ਬਜਟ ਤੋਂ ਪਹਿਲਾਂ ਪੱਟੀ ਮੱਖੂ ਰੇਲਵੇ ਲਿੰਕ ਦੀ ਜਿਹੜੀ ਜ਼ਮੀਨ ਅਕੁਆਇਰ ਕਰਨੀ ਹੈ ਉਹ ਅਸੀਂ ਜ਼ਮੀਨ ਅਕੁਆਇਰ ਕਰਕੇ ਕੇਂਦਰ ਸਰਕਾਰ ਨੂੰ ਦੇ ਦਾਂਗੇ ਤਾਂ ਕਿ ਇਹ ਲਿੰਕ ਜੁੜ ਸਕੇ, ਜਿਹਦੇ ਨਾਲ ਸਾਡੇ ਪੂਰੇ ਦੇਸ਼ ਦੇ ਨਾਲ ਲਿੰਕ ਜੁੜਨਾ। ਸੋ ਇਹ ਸਾਡੀਆਂ ਅੱਜ ਦੀਆਂ ਅਨਾਊਂਸਮੈਂਟਾਂ। ਇਸ ਤੋਂ ਬਾਅਦ ਸਾਡੀ ਸਬਮਿਟ ਹੋਣੀ ਹੈ, ਉੱਥੇ ਵੀ ਤੁਹਾਨੂੰ ਮੈਂ ਮਿਲਾਂਗਾ ਅਤੇ ਅਸੀਂ ਸਾਰੇ ਮਿਲਾਂਗੇ। ਹੁਣ ਮੈਂ FM ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਬਾਰੇ ਤਫਸੀਲ ਤੁਹਾਨੂੰ ਦੇ ਦੇਣ। ਥੈਂਕ ਯੂ ਵੈਰੀ ਮੱਚ CM ਸਾਹਿਬ। ਹੈਲੋ, ਸੋ ਅੱਜ ਦਾ ਜਿਹੜਾ ਇੱਥੇ ਖਸੂਸੀ ਤੌਰ 'ਤੇ ਕੈਬਨਿਟ ਮੀਟਿੰਗ ਰੱਖੀ ਗਈ ਕਿਉਂਕਿ ਲੁਧਿਆਣਾ ਮੈਨਚੈਸਟਰ ਹੈ ਪੰਜਾਬ ਦਾ, ਕਾਰੋਬਾਰ ਅਤੇ ਵਪਾਰ ਦੇ ਅਤਬਾਰ ਨਾਲ ਇਹਦੀ ਬੜੀ ਅਹਿਮੀਅਤ ਹੈ ਔਰ CM ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਫੈਕਟਰੀਆਂ ਦੇ ਦਿਲ ਧੜਕਣ ਔਰ ਜਿਹੜੀਆਂ ਪੰਜਾਬ ਦੇ ਵਿੱਚ ਚਿਮਨੀਆਂ ਉਦਾਸ ਹੋਈਆਂ ਪਈਆਂ ਉਹਨਾਂ ਉਦਾਸ ਚਿਮਨੀਆਂ 'ਚੋਂ ਇੱਕ ਵਾਰੀ ਫਿਰ ਧੂੰਆਂ ਨਿਕਲੇ ਅਤੇ ਉਹਦੇ ਵਾਸਤੇ ਜਿਹੜੀਆਂ ਕਨਸੈਸ਼ਨਸ ਅੱਜ ਖਾਸ ਕਰਕੇ ਕਾਰੋਬਾਰ ਅਤੇ ਵਪਾਰ ਦੇ ਅਤਬਾਰ ਨਾਲ ਔਰ ਜਿਹੜਾ ਵੈਟ ਦਾ ਨਿਜ਼ਾਮ ਅੱਜ ਤੋਂ ਤਕਰੀਬਨ 4.5 ਸਾਲ ਪਹਿਲਾਂ ਖਤਮ ਹੋ ਚੁੱਕਿਆ ਸੀ, ਉਹ ਸਾਰੇ ਝਗੜੇ 48,000 ਟੈਕਸਪੇਅਰਸ ਨੂੰ ਰਾਹਤ ਦੇ ਕੇ ਔਰ ਜਿਹੜੀ ਇੱਕ ਫੌਜ 48,000 ਬੰਦੇ ਨਾਲ ਟੈਕਸਪੇਅਰ ਨਾਲ ਡੀਲ ਕਰਦੀ ਹੈ ਉਹ ਫੌਜ ਨੂੰ ਕਿਸੇ ਪਾਸੇ ਹੋਰ ਡਿਪਲੋਏ ਕੀਤਾ ਜਾਵੇ, ਇਹ ਟ੍ਰੇਡ ਅਤੇ ਇੰਡਸਟਰੀ ਦੀ ਬੜੀ ਵੱਡੀ ਡਿਮਾਂਡ ਲਮਕਦੀ ਆ ਰਹੀ ਸੀ ਔਰ ਇਹਦੇ ਨਾਲ ਲਿਟੀਗੇਸ਼ਨ ਇਕੱਲੀ ਟੈਕਸ ਡਿਪਾਰਟਮੈਂਟ 'ਚ ਨਹੀਂ, ਕੋਸ਼ਿਸ਼ ਹੈ ਕਿ ਪੰਜਾਬ ਸਰਕਾਰ ਦੀ ਜਿੱਥੇ ਵੀ ਲਿਟੀਗੇਸ਼ਨ ਹੈ ਉਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਇਹਦੇ ਨਾਲ ਨਾਲ ਇਹ ਵੀ ਫੈਸਲਾ ਅੱਜ ਕੈਬਨਿਟ ਨੇ ਕੀਤਾ ਹੈ
कि अज तो बाद टैक्स पेयर जो कोई टैक्स दफ्तर जो जाते उन्होंने तलब किया जाता सी, कई बार अपने अपने हरैसमेंट महसूस करते सी। अज तो बाद पंजाब सरकार का जो टैक्स डिपार्टमेंट है वह टोटली फेसलैस हो जाएगा, किसी व्यापारी किसी अफसर के सामने पेश नहीं होना पेगा। तीसरा ये भी फैसला किया कि जेडे मोबाइल स्कॉड्स है जेडे कि पंजाब दे विच 13 मोबाइल स्कॉड्स और उन्होंने भी सानू काफ़ी अरसे तो शिकायत आ रही हैं कि ये एक हरैसमेंट का जरिया बन गया। अज कैबिनेट ने यह फैसला किया कि 13 तो उन्हों की जो तादाद है सिर्फ 4 ये कर दी जाएगी और इट टोटल जो टैक्स जो सिस्टम है ये सेल्फ पुलिसिंग होएगा, ये सरकार की पुलिसिंग या सरकार की हरैसमेंट और ये कारोबार तो एतबार जो व्यापार है ये खुल के अपना कारोबार कर सकन। और मैं हमेशा एक गल कही अज फिर कहना जे व्यापार है तो सरकार है, जे व्यापार नहीं होएगी तो सरकार भी नहीं होएगी। और इंडस्ट्रियल समिट जी इनवैसमेंट समिट जी पंजाब की हुई है पिछले 4.5 साल पंजाब दे विच सबस्टेंशियल जी इनवैसमेंट जो पंजाब चाहिए, असी आसमंद है कि पंजाब जड़ा है ये अपने पैरां ते खड़ा होगा, साढ़े जड़े बच्चे है इज्जत की रोटी खा सकेंगे, पंजाबी जड़ा है वह खुशहाल जिंदगी बसर करू बसर कर सकूगा। और पंजाब दे लोका ना ये वचनबद्धता है कि ये जड़े सीएम साहब ने अज 11 नुकाती जड़े अज ट्रेड ते इंडस्ट्री और खास करके जड़ी PSIEC इन्हां दे प्लॉट होल्डर दे इनहांसमेंट आ जांदी सी, PSIDCA दी लेगेसी केसेज है ये सारा व्याज पेनल्टियां करके और असी खत्म करना, असी पंजाब सरकार लिटिगेशन तो निकलना चाहती है, किसे अपने शहरी नाल असी किसे वाद विवाद च नहीं पैना चाहते, लोग दिल खोल के अपना कारोबार करन, इस मकसद नाल अज दी ये मीटिंग रखी गई सी। बहुत बहुत धन्यवाद सीएम साहब। देखो BSF दियां चौंकियां साडे विच बन गईयां मतलब क्या है, कादे वास्ते साडी पंजाब पुलिस जे एकता और अखंडता लई मर सकती है मिट सकती है तो हर तरह के खतरे नूं सहन करने वास्ते तैयार है। जेड़ा लॉ एंड ऑर्डर है ये स्टेट सबजैक्ट है, ऐसी करना है फिर वो आके क्यों करन, क्यों अपने इत्थे चौंकियां बन क्यों कम करन, इस करके बिल्कुल गलत है। ऐसी इत्थे कोई गवर्नर वैसे थोड़ो कर रहे, डेमोक्रेटिक सिस्टम है एक सड़क नहीं नहीं ये तो एक तरफा डिसीजन है, सतो केड़े किसी ने कंसेंट लई है, नहीं बिल्कुल नहीं बिल्कुल नहीं दी, मैं सिर्फ दो चिट्ठियां दित्तियां, जे कोई कहिंदा तां दिखा दे, एक दित्ती है कि खेती कानून खत्म किए जाण, दूसरा दित्ती है कि जेड़ा साडा कोरीडोर है वह खोलिया जाए। जे कोई ड्रोन आ रहा है 15 किलोमीटर बहुत होंगे रोकने वास्ते, सुनो एक मिनट इन्हां दी मैं गल दा जवाब दे दा, जे कोई ड्रोन आता है तो 15 किलोमीटर च रोक लैण, 15 किलोमीटर से ज्यादा ड्रोन की रेंज ही नहीं है, जे ज्यादा है भी तो इधर पंजाब पुलिस हैगी है, जे चेज करते आ गए असीं रोक दे नहीं है, अननेसेसरी गल है। बड़ी छेती इलेक्शन है, हर कोई ये प्रवृत्ति बन गई है कि जी कोई ना कोई प्रोटेस्ट करके कुछ ना कुछ लेने की कोशिश करो, ये कोई फर्स्ट टाइम नहीं है, ये हर इलेक्शन तो पहला होंगे। और मैं जेडे प्रोटेस्ट करने वाले भी है उन्होंने भी कहना, कई तो जमे सिर पैर नहीं होंगे डिमांड का, लेकिन तो धरना बैठ देने ठीक है।
रिलेटेड कि जो इंडस्ट्री आऊगी 3.5 साल में कोई भी लोड नहीं है प्रोविजन की, सब डिपार्टमेंट लगते हैं तो डीसी साहब सर्टिफिकेट जारी करते हैं, पर जो इंडस्ट्री जाता बैंक के प्रोजेक्ट बोर्ड लैके वो ना डीसी के सर्टिफिकेट मानते ना सरकार के फैसले को। इंडस्ट्री का यह कहना कि जो पंजाब सरकार ही दो बैंकों का टाइप कर ले कि रीजनल कोई पॉलिसी बनाए बड़ा तुसी इन डेप्थ स्टडी करके अच्छा सवाल किया, थोड़ी ऐसी जी व्यू है इनू जरूर लागू करना। देखो मैं एक गल होर रह गई है दसण वास्ते, पैरेलली असी तैयारी कर ली है जेड़ा ये BSF का मसला है, जे केंद्र सरकार नहीं हल कर दी तो असी विधानसभा भी लेके आ रहे हैं, नाल असी सुप्रीम कोर्ट च भी जावे आफ्टर विधानसभा, और एक एडवोकेट इस टाइम दे रहे हैं विधानसभा तक केंद्र सरकार नू, जे वो नहीं गल मानते तो असी जरूर असी कानून के मुताबिक सुप्रीम कोर्ट जावे। अच्छा मेरा ख्याल है काफी हो, मैं तो बहुत कर रहा, कोई तुसी अपना ही सोने बना दे।